ਹਾਂਜੀ ਨਾਜ਼ਰੀਨ, ਕੀ ਹਾਲ ਹੈ ਤੁਹਾਡੇ? ਠੀਕ ਹੋ, ਖਰੀਏ ਤੇ ਤੁਸੀਂ ਤੱਕਣੇ ਪਿਓ ਮੁਨੀਬ ਬਾਈ ਚੈਨਲ ਤੇ। ਮੇਰਾ ਨਾਮ ਹੈ ਅਦੀਬ ਨਵਾਜ਼। ਬੜੀ ਸੋਹਣੀ ਵੀਡੀਓ ਤੁਸਾਂ ਵਾਸਤੇ ਅਸੀਂ ਲੈ ਕੇ ਆ ਗਏ ਹਾਂ, ਸੀਕ ਲੈ ਕੇ ਆਏ ਹਾਂ ਜੀ ਤਿੱਤਰ ਵਾਸਤੇ। ਐਂ ਚੈੱਕ ਕਰੋ ਵਿੱਚੋਂ, ਉਹ ਨਿੱਕੀ ਨਿੱਕੀ ਜ਼ਰਾ ਜ਼ਰਾ ਨਜ਼ਰ ਆ ਰਹੀ ਹੋ ਸੀ, ਇਹ ਅਸੀਂ ਜ਼ਰਾ ਕਾਪਣੇ ਆਏ ਅਤੇ ਤੁਰੰਤ ਤੁਰ ਚੱਕ ਇਹਨੂੰ ਨਿੱਕੇ ਨਿੱਕੇ ਬੱਚੇ ਪੇ ਫਿਰਨੇ ਨੂੰ, ਇਹ ਅਸੀਂ ਇਹਨਾਂ ਵਾਸਤੇ ਲੈ ਕੇ ਆਏ ਹਾਂ। ਇਹ ਐਂ ਚੈੱਕ ਕਰੋ, ਇਹ ਇਸ ਤਾੜਾਂ ਵਿੱਚ ਹੁਣ ਬਈ ਕਿਹੜਾ ਵਿਹਲਾ ਹੋਵੇ ਤੁਸੀਂ। ਅਸਾਂ ਸਭ ਤੋਂ ਪਹਿਲੇ ਅਸੀਂ ਪਾਣੀ ਬਾਹਰ ਕੱਢਣ ਲੱਗੇ ਹਾਂ, ਕਿਉਂਕਿ ਪਾਣੀ ਇਹ ਨੁਕਸਾਨਦੇਹ ਵੇ ਇਸ ਵਾਸਤੇ। ਪਾਣੀ ਪਹਿਲੇ ਮੈਂ ਸਾਈਡ 'ਤੇ ਆ ਤਾਂ ਕੁਛ ਦੱਸਣਾ ਪਿਆ ਵੀ ਰੱਖ ਦਿੱਤਾ ਵੇ, ਹੁਣ ਅੰਦਰ ਫਿਲਹਾਲ ਕਿਸੇ ਜਗ੍ਹਾ 'ਤੇ ਪਾਣੀ ਕੋਈ ਨਹੀਂ, ਕਿਉਂਕਿ ਸਿਉਂਕ ਤੋਂ ਬਾਅਦ ਜਿਸ ਟਾਈਮ ਪਾਣੀ ਪੀ ਸੁਣ ਅਤੇ ਫਿਰ ਉਹ ਜਿਹੜਾ ਨਾ ਕੰਮ ਖਰਾਬ ਹੋਵੇ ਸੀ। ਅਸੀਂ ਸੀਕ ਲੈ ਕੇ ਆਏ ਹਾਂ, ਹੁਣ ਅਸਾਂ ਤਿੱਤਰਾਂ ਸੀਕ ਪਾਣੀ। ਇਹ ਭਾਈ ਤੂੰ ਕਿਤੇ ਪਿਆਉਣਾ ਵੇ, ਇੱਥੇ ਰੁਕਵਾਂ। ਤਿੱਤਰੀ ਆਪਣੇ ਬੱਚਿਆਂ ਹੁਣ ਸਿਉਂਕ ਖਵੇ ਸੀ, ਮੈਂ ਚੈੱਕ ਕਰੋ ਜੀ। ਇਹ ਸੀ ਇਹਨਾਂ ਵਾਸਤੇ ਸੀਖ ਲੈ ਕੇ ਆਏ ਹਾਂ ਅਤੇ ਫਿਰ ਉਹ ਜਿਸ ਤਰ੍ਹਾਂ ਸਾਨੂੰ ਨਜ਼ਰ ਆ ਰਿਹਾ, ਤਿੱਤਰੀ ਆਪ ਹੀ ਖਾ ਰਹੀ, ਤਿੱਤਰ ਵੀ ਖਾ ਰਿਹਾ। ਕੋਸ਼ਿਸ਼ ਕਰੋ ਤੁਸੀਂ ਉਹਨਾਂ ਸੀਕ ਖਵਾ ਕੇ ਫਿਰ ਬਾਅਦ ਤੁਸੀਂ ਪਾਣੀ ਨਹੀਂ ਪਿਲਾਉਣਾ। ਜਿਸ ਟਾਈਮ ਪਾਣੀ ਪਿਲਾ ਸੋ ਤਾਂ ਫਿਰ ਉਹ ਸੀਕ ਜਿਹੜੀ ਪੇਟੇ 'ਚ ਵੈਸੀ ਉਹ ਵੱਧ ਪੇਟੇ 'ਚ ਜੀਪ ਹੋ ਸੀ। ਐਂ ਚੈੱਕ ਕਰੋ, ਇਹ ਥੋੜ੍ਹੇ ਜਿਹੇ ਹੁਣ ਹੁਸ਼ਿਆਰ ਹੋ ਗਏ, ਬਿਲਕੁਲ ਅੱਜ ਦੂਸਰਾ ਦਿਨ ਹੈ, ਅੰਡੇ 'ਚੋਂ ਨਿਕਲੇ। ਚੈੱਕ ਕਰੋ ਜੀ, ਤਿੱਤਰ ਵੀ ਖਾ ਰਿਹਾ, ਤਿੱਤਰੀ ਵੀ ਖਾ ਰਹੀ, ਬੱਚਿਆਂ ਜਿੰਨੇ ਨਜ਼ਰ ਆਉਣੀ ਪਈ, ਆਪਣਾ ਆਪਣਾ ਦਾਣਾ ਚੁਣਨੇ ਪੈਣ। ਦੂਸਰਾ ਤਿੱਤਰ ਵੀ ਨਾਲ ਆਵਾਜ਼ਾਂ ਨਾਲ ਕੱਢ ਰਿਹਾ, ਉਹ ਪਹਿਣਾ ਵੀ ਤੁਸੀਂ ਉਹਨਾਂ ਪੱਖਾ ਪੈਂਦੇ ਹੋ, ਮਾਂ ਖਾਣਾ ਪੱਖਾ ਪੈਂਦੇ, ਉਸ ਵੀ ਦੂਜੀ ਸਾਈਡ ਤੋਂ ਆਵਾਜ਼ ਕੀਤੀ।